ਅੱਛਾ ਸਾਹਿਲ, ਇੱਕ ਸਵਾਲ ਆ ਮੇਰਾ। ਹਾਂਜੀ ਹਾਂਜੀ। ਇਹ ਕਾਪੀ ਰਾਈਟਿੰਗ ਤੁਸੀਂ ਕਹਿੰਦੇ ਸੀ, ਕਾਪੀ ਰਾਈਟਿੰਗ ਕਰਦੇ ਹੋ, ਕਾਪੀ ਰਾਈਟਿੰਗ ਹੁੰਦੀ ਕੀ? ਪਹਿਲਾਂ ਮੈਨੂੰ ਸਾਡੇ ਆਡੀਅੰਸ ਨੂੰ ਇੱਕ ਵਾਰੀ ਦੱਸੋ। ਲੈ ਭਾਜੀ, ਇਹ ਬਹੁਤ ਸਿੰਪਲ ਜੀ ਟਰਮ ਹੈ, ਕਾਪੀ ਉੱਤੇ ਲਿਖਣਾ ਕਾਪੀ ਰਾਈਟਿੰਗ ਹੈ। ਕਿਉਂਕਿ ਅੱਜ ਕੱਲ੍ਹ ਨਾ ਲੈਪਟੋਪ ਫੋਨ 'ਤੇ ਨਾ ਮਜ਼ਾ ਨਹੀਂ ਆਉਂਦਾ। ਇੱਕ ਪ੍ਰੋਪਰ ਜਿਹੜਾ ਰਾਈਟਰ ਹੁੰਦਾ ਨਾ, ਉਹ ਕਾਪੀ ਰਾਈਟਿੰਗ ਕਰਦਾ। ਮੰਨ ਲਓ ਮੈਂ ਰੇਡੀਓ 'ਚ ਕਾਪੀ ਰਾਈਟਿੰਗ ਕਰਦਾ, ਉਹਦੇ 'ਚ ਕਲਾਇੰਟ ਦੀ ਡਿਮਾਂਡ ਆਉਂਦੀ ਹੈ ਕਿ ਸਾਨੂੰ ਇਹ ਐਡ ਚਾਹੀਦੀ ਹੈ ਜੀ, ਕੋਈ ਵੀ ਅਜੀਬੋ ਗਰੀਬ ਡਿਮਾਂਡ ਹੋਵੇ, ਬਿਲਡਿੰਗ ਦੀ ਐਡ ਕਰਦੇ ਹੋ, ਉਹ ਆਪਾਂ ਐਡ ਲਿਖ ਕੇ ਦੇ ਦੇਣੀ ਹੈ। ਤੁਸੀਂ ਮੇਰੇ ਤੋਂ ਕੋਈ ਵੀ ਐਡ ਕਰਵਾ ਕੇ ਦੇਖ ਲਓ, ਮੈਂ ਤੁਹਾਨੂੰ ਹੁਣੇ ਲਾਈਵ ਡੈਮੋ ਦੇ ਦਿੰਦਾ। ਉਸਤਾਦ ਦਾ ਆਪਾਂ ਵਿਆਹ ਕਰਾਉਣਾ, ਇਹਦੇ ਵਾਸਤੇ ਇੱਕ ਮੈਟਰੀਮੋਨੀਅਲ ਐਡ ਕਰ ਦਿਓ, ਕਿ ਵਧੀ ਵਧੀਆ ਜੀ ਮੱਝ ਲੱਭ ਜੇ ਸਾਨੂੰ। ਮੱਝ ਲੋ, ਮੈਂ ਮੱਝ ਦੀ ਐਡ ਕਰ ਦਿੰਦਾ ਭਾਜੀ। ਦੇਖੋ ਹਾਈਪੋਥੈਟੀਕਲ ਸਿਚੁਏਸ਼ਨ ਹੈ। ਬਿਲਕੁਲ ਬਿਲਕੁਲ। ਅੱਛਾ ਮੰਨ ਲਓ ਮੈਂ ਰੇਡੀਓ 'ਚ ਕਾਪੀਰਾਈਟਰ ਸੀ ਅਤੇ ਮੈਂ ਮੱਝ ਦੀ ਐਡ ਕਰਨੀ ਹੈ, ਅਤੇ ਮੈਂ ਕੀ ਕਰਾਂਗਾ ਜੀ? ਪਹਿਲਾਂ ਨਾ ਇੱਕ ਆਵਾਜ਼ ਆਉਂਦੀ ਹੈ ਪਿੱਛੋਂ, ਐਂਕਰ ਵੀ ਉਹਨੂੰ ਕਹਿੰਦੇ ਆ, ਪਰਵਿੰਦਰ ਤੂੰ ਸਵੇਰੇ ਸਵੇਰੇ ਕਿੱਥੇ ਚੱਲਾਂ? ਮੈਂ ਦੁੱਧ ਲੈਣ ਚੱਲਾਂ। ਅੱਛਾ, ਡੇਅਰੀ ਵਾਲੀ ਦੁਕਾਨ 'ਤੇ ਤਾਂ ਬਹੁਤ ਭੀੜ ਹੁੰਦੀ ਹੋਏਗੀ। ਹਾਂ, ਮੋਢੇ 'ਚ ਮੋਢਾ ਵੱਜਦਾ। ਪਰਵਿੰਦਰ, ਭੀੜ ਵਿੱਚ ਨਾ ਵੱਜ, ਹੈਵ ਯੋਰ ਓਨ ਮੱਝ, ਆਪਣੀ ਸਮੱਸਿਆਵਾਂ ਤੋਂ ਹੱਥ ਧੋ ਲਓ, ਜਦੋਂ ਮਰਜ਼ੀ ਦੁੱਧ ਚੋ ਲਓ। ਇਹ ਵੀ ਠੀਕ ਹੈ ਤੇ ਆਪਾਂ ਮੱਝ ਦਾ ਸਤਾਦ ਨਾਲ ਰਿਸ਼ਤਾ ਕਿਤੇ ਕਰਨਾ, ਸਤਾਦ ਨਾਲ ਬੜਾ ਲੋਨਲੀ ਫੀਲ ਕਰਦਾ ਹੈ। ਓਕੇ ਓਕੇ। ਮੱਝ ਕੋਈ ਗੋਆ ਕਰੇ ਨਾ, ਉਹਦੇ ਗੋਏ 'ਚ ਦਿਲ ਬਣਾਉਂਦਾ ਹੁੰਦਾ। ਹਾਏ ਹਾਏ ਹਾਏ। ਤਬਲੇਦਾਰ ਉਸਤਾਦ, ਰੰਗ ਗੋਰਾ ਤਬਲਾ ਪੋਲਾ, ਉਹ ਰੰਗ ਗੋਰਾ ਤਬਲਾ ਪੋਲਾ, ਨੀ ਮੱਝੀ ਉੱਤੇ ਮਰ ਗਏ ਆਏ, ਨੀ ਮੱਝੀ ਉੱਤੇ ਮਰ ਗਏ ਆਏ, ਉਹ ਗੋਬਰ ਕਰ ਗਈ ਏ ਤੇ ਦਿਲ ਇਹ ਛੱਡ ਗਏ ਆਏ। ਕਿਆ ਬਾਤ ਉਸਤਾਦ, ਦੇਖ ਲਓ ਮਤਲਬ ਆਪਕੇ ਲਈ ਅੱਛੀ ਸੀ ਮਾਝ ਢੂੰਢਦੀ ਹੈ ਹਮਨੇ। ਜੀ ਜੀ ਜੀ। ਕੈਸਾ ਫੀਲ ਕਰ ਰਹੇ ਹੈ ਆਪ ਉਸਤਾਦ? ਆਪਕਾ ਅਗਰ ਮਾਝਾ ਮਾ ਤੋ ਆਪ ਕਿਆ ਕਰੇਂਗੇ? ਸਭ ਸੇ ਪਹਿਲੇ ਮੈਂ ਸਭ ਸੇ ਪਹਿਲੇ ਚੂੰਡੀ ਕਾਟ ਕੇ ਦੇਖਣਾ ਕਿ ਸੱਚ ਹੈ ਕਿਆ। ਅੱਛਾ ਸਾਹਿਲ, ਜੇ ਇੱਦਾਂ ਜਿੱਦਾਂ ਕਾਪੀ ਰਾਈਟਿੰਗ ਲਿਖਦੇ ਹਾਂ, ਠੀਕ ਹੈ, ਹੁਣ ਬਿਹਾਈਂਡ ਦਾ ਫੇਸ ਵਾਲਾ ਸੀਨ ਹੈ ਨਾ, ਤੁਹਾਨੂੰ ਐਨਰਜੀ ਜਿੱਦਾਂ ਆਰਜੇ ਨੇ ਬੋਲਣਾ ਹੁੰਦਾ, ਹੁਣ ਆਰਜੇ ਤੇ ਮੈਨੂੰ ਪਤਾ ਨੀ ਕੀ ਇਹੋ ਜਿਹਾ ਖਾਂਦੇ, ਇੰਨੀ ਐਨਰਜੀ ਨਾਰਮਲ ਹਿਊਮਨ ਬੀਇੰਗ ਤੇ ਹੁੰਦੀ ਹੀ ਨਹੀਂ। ਓ ਜੀ, ਅਸੀਂ ਇੱਥੇ ਬਿਲਡਿੰਗ ਲੈ ਲਈ, ਇੱਦਾਂ ਕਿਉਂ? ਨਾਰਮਲੀ ਕਹਿ ਲਓ ਇੱਥੇ ਬਿਲਡਿੰਗ ਆਈ ਜੀ ਬੜੀ ਵਧੀਆ, ਇੱਦਾਂ ਕਿਉਂ ਨਹੀਂ ਹੁੰਦਾ? ਭਾਜੀ ਤਾਂ ਹੀ ਤਾਂ ਉਹ ਡਿਫਰੈਂਟ ਨੇ ਨਾ। ਮੰਨ ਲਓ ਹੁਣ ਜਿੰਨੇ ਜਿਹੜੇ ਆਰਜੇ ਪਤਾ ਕੌਣ ਹੁੰਦੇ ਆ, ਘਰੇ ਹੁੰਦੇ ਨਾ ਨਿਆਣੇ, ਮਾਵਾਂ ਕਹਿੰਦੀਆਂ ਹੁੰਦੀਆਂ 24 ਘੰਟੇ ਚਰਦਾ ਰਹਿਣਾ, ਬੋਲਦਾ ਰਹਿਣਾ, ਕੋਈ ਕੰਮ ਕਰ ਲਿਆ ਕਰ, ਫਿਰ ਇਹ ਬੰਦੇ ਓਦਾਂ ਦਾ ਕੰਮ ਲੱਭ ਲੈਂਦੇ ਆ, ਫਿਰ ਮਾਵਾਂ ਵੀ ਚੁੱਪ ਹੋ ਜਾਂਦੀਆਂ। ਆਰਜੇ ਪਤਾ ਕੌਣ ਹੁੰਦੇ ਆ? ਉਹ ਜਿਹੜੇ ਬੱਚੇ ਨਹੀਂ ਹੁੰਦੇ, ਜਿਹੜੇ ਸਵਾਲ ਹੀ ਕਰੀ ਜਾਂਦੇ ਆ, ਜਿਹੜੇ ਆਪਣੇ ਸਗੇ ਮਾਂ ਬਾਪ ਨੂੰ ਵਧੀਆ ਨਹੀਂ ਲੱਗਦੇ ਪਰ ਸਾਰੀ ਦੁਨੀਆ ਨੂੰ ਵਧੀਆ, ਹਾਏ ਕਿੰਨਾ ਕਿਊਟ ਬੱਚਾ, ਹਾਏ ਕਿੰਨਾ ਬੋਲਦਾ, ਓ ਮਾਈ ਗੋਡ, ਹਾਏ ਮੰਮੀ ਵੋ ਦੇਖੋ, ਮੰਮੀ ਮੰਮੀ ਮਾਊਂਟੇਨਸ, ਅਰੇ ਮੰਮੀ ਕਲਾਉਡਸ, ਅਰੇ ਮੰਮੀ ਵਾਟਰ, ਅਰੇ ਮੰਮੀ ਬਿਜਲੀ, ਅਰੇ ਮੰਮੀ ਮੰਕੀ, ਮੰਕੀ ਦਾ ਫੇਸ ਦੇਖੋ ਕਿਤਨਾ ਰੈਡ ਰੈਡ, ਇਸਕੋ ਕੁਕਲੀ ਵੁਕਲੀ ਵਿਸ਼ ਕਰ ਦੋ। ਮੰਮੀ ਕਹਿੰਦੀ ਫੇਸ ਨਹੀਂ ਹੈਗਾ ਕੁੱਤਿਆ, ਉਹ ਜ਼ਿਆਦਾ ਖੱਪ ਨਹੀਂ ਕਰਨੀ, ਸਟੇ ਅਵੇ, ਖੱਪ ਇੱਥੇ ਉੱਥੇ ਨਹੀਂ ਖੱਪ। ਹਾਂ, ਇਸ ਲਈ ਫਿਰ ਇਹ ਬੰਦੇ ਇਹੋ ਜਿਹਾ ਪ੍ਰੋਫੈਸ਼ਨ ਚੂਜ਼ ਕਰਦੇ ਨੇ ਕਿ ਇਹਨਾਂ ਨੂੰ ਮੰਨ ਲਓ ਕੋਈ ਵੀ ਬੰਦਾ ਲੱਭ ਜੇ, ਇਹੋ ਜਿਹੇ ਸਵਾਲਾਂ 'ਚ ਉਹਨੂੰ ਪਾ ਦੇਣਗੇ, ਸਵਾਲਾਂ 'ਚ ਪਾਈ ਜਾਣਗੇ ਪਾਈ ਜਾਣਗੇ, ਇਹਨਾਂ ਨੂੰ ਆਪ ਭੁੱਲ ਜਾਂਦਾ ਮੈਂ ਸਵਾਲ ਕੀ ਪੁੱਛਿਆ ਸੀ, ਫਿਰ ਉਹ ਬੰਦਾ ਜੋ ਵੀ ਬੋਲੇ, ਓ ਦੈਟਸ ਨਾਈਸ। ਮੈਨੂੰ ਤਾਂ ਲੱਗਦਾ ਸੁਣਦੇ ਵੀ ਨਹੀਂ ਆ ਜੋ ਬੰਦਾ ਬੋਲੀ ਜਾਓ। ਭਾਜੀ ਉਹ ਕੀ ਬਾਤ ਹੈ ਜੀ, ਉਹ ਤੁਸੀਂ ਛਾ ਗਏ, ਉਹ ਮੈਂ ਕਿਹਾ, ਮੈਂ ਕਿਹਾ ਵੀ ਮੇਰਾ ਤਾਇਆ ਮਰ ਗਿਆ, ਮੈਂ ਜਾਣਾ ਗੱਲ ਤੇ ਸੁਣ, ਮਤਲਬ ਗਮ ਦੇ ਬਾਦਲ ਛਾ ਗਏ ਨਾ, ਉਹ ਇੰਪਰੋਵਾਈਜ਼ ਕਰ ਦਿੰਦੇ। ਬਹੁਤ ਬਹੁਤ ਡਿਫਿਕਲਟ ਪ੍ਰੋਫੈਸ਼ਨ ਹੈ ਆਰਜੇ ਦਾ। ਰਾਈਟ ਰਾਈਟ। ਤੁਸੀਂ ਬਹੁਤ ਸਟੈਂਡ ਅਪ ਆਲਰੇਡੀ ਕਰ ਚੁੱਕੇ ਹੋ ਲਾਈਵ 'ਚ, ਅੱਜ ਕੀ ਲੈ ਕੇ ਆਏ ਹੋ ਆਡੀਅੰਸ ਵਾਸਤੇ ਨਵਾਂ? ਭਾਜੀ ਨਵਾਂ ਇਹ ਹੈ ਕਿ ਦੇਖੋ ਜੀ, ਆਪਣੇ ਆਲੇ ਦੁਆਲੇ ਨਾ ਇੱਕ ਕਹਾਣੀ ਘੁੰਮਦੀ ਆ, ਆਪਾਂ ਉਹ ਕਹਾਣੀ ਨੂੰ ਓਬਜ਼ਰਵ ਕਰਕੇ ਆਡੀਅੰਸ ਦੇ ਸਾਹਮਣੇ ਪੇਸ਼ ਕਰਨਾ ਹੁੰਦਾ, ਤੇ ਜਿਹੜੀ ਮੇਰੀ ਕਹਾਣੀ ਆ ਉਹ ਮੇਰੇ ਘਰ ਦੇ ਆਲੇ ਦੁਆਲੇ ਦੀ ਹੈ, ਮਤਲਬ ਮੈਂ ਆਪਣੇ ਡੈਡੀ ਨੂੰ ਬਹੁਤ ਓਬਜ਼ਰਵ ਕਰਦਾ।
ਇਨਸਪਾਇਰ ਆ ਮੈਂ ਉਹਨਾਂ ਤੋਂ, ਮੈਂ ਵੀ ਬਹੁਤ ਕਰਦਾ ਨੈਣੀ ਦੇ ਘਰੋਂ ਜੋ ਕਿ ਇੰਨੇ ਨਿਕਲਦੇ ਆ। ਹਾਂ ਬਿਲਕੁਲ, ਤੇ ਫਿਰ ਬਸ ਆਪਾਂ ਡੈਡੀ ਦੀ ਹੀ ਕਹਾਣੀ ਤੁਹਾਨੂੰ ਸੁਣਾਉਣੀ ਆ ਸਾਰਿਆਂ ਨੂੰ। ਠੀਕ ਹੈ, ਡਨ। ਠੀਕ ਹੈ ਜੀ, ਆਲ ਦਾ ਬੈਸਟ। ਮੈਂ ਕਹਿੰਦਾ ਗਾ ਪਾ ਦਿਓ ਫਿਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਮੇਰਾ ਨਾਮ ਸਾਹਿਲ ਹੈ, ਅਤੇ ਮੇਰੀ ਇੰਨੀ ਸੀਰੀਅਸ ਸ਼ਕਲ ਦੇਖ ਕੇ ਤੁਹਾਨੂੰ ਡਾਊਟ ਹੋਣਾ ਬਿਲਕੁਲ ਜਾਇਜ਼ ਹੈ ਕਿ ਇਹ ਬੰਦਾ ਪੱਕਾ ਸਾਨੂੰ ਹਸਾਉਣ ਆਇਆ ਨਾ, ਕਿਤੇ ਸਾਨੂੰ ਚੰਗੇ ਭਲੇ ਬੈਠਿਆਂ ਨੂੰ ਰਵਾ ਕੇ ਤਾਂ ਨਹੀਂ ਚਲਾ ਜਾਏਗਾ। ਅਤੇ ਇਸ ਲਈ ਹਾਂ, ਇਹ ਬਣੀ ਨਾ ਗੱਲ, ਅਤੇ ਇਸ ਲਈ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਅ ਜੀ ਪਲੀਜ਼ ਮੇਰੇ ਚੁਟਕਲਿਆਂ 'ਤੇ ਹੱਸ ਲਿਓ, ਤੁਹਾਨੂੰ ਗਰੀਬ ਦੀ ਦੁਆ ਲੱਗੇਗੀ। ਅਤੇ ਖਬਰਦਾਰ, ਮੇਰੇ ਜੇ ਇੰਨਾ ਕਹਿਣ ਤੋਂ ਬਾਅਦ ਮੈਨੂੰ ਕਿਸੇ ਨੇ ਗਰੀਬ ਸਮਝਿਆ, ਮੈਂ ਗਰੀਬ ਥੋੜ੍ਹੀ ਹਾਂ ਯਾਰ, ਮੈਂ ਹਾਂ ਮਿਡਲ ਕਲਾਸ। ਮਿਡਲ ਕਲਾਸ, ਹੁਣ ਤੁਹਾਨੂੰ ਮੈਂ ਦੱਸੂਗਾ ਕਿ ਮਿਡਲ ਕਲਾਸ ਬੰਦੇ ਦੀ ਕੀ ਕਹਾਣੀ ਹੁੰਦੀ ਹੈ। ਸੋ ਮੈਂ ਇੰਨਾ ਕੁ ਮਿਡਲ ਕਲਾਸ ਹਾਂ, ਜੇ ਸਾਡੇ ਘਰੇ ਨਿਆਣਿਆਂ ਦੇ ਕੱਪੜੇ ਛੋਟੇ ਹੋ ਜਾਂਦੇ ਹੈ ਨਾ, ਅਤੇ ਉਹ ਕੱਪੜਿਆਂ ਨੂੰ ਸੁੱਟਿਆ ਨਹੀਂ ਜਾਂਦਾ, ਉਹ ਕੱਪੜਿਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ, ਕਿਉਂਕਿ ਹੋਰ ਨਿਆਣਿਆਂ ਦੀ ਪਲੈਨਿੰਗ ਹੋ ਰਹੀ ਹੁੰਦੀ ਕਿ ਕੋਈ ਤਾਂ ਕੱਪੜੇ ਹੰਢਾਉਣ ਵਾਲਾ ਆਏਗਾ ਨਾ। ਮੰਮੀ ਅੱਗੋਂ ਕਹਿ ਦਿੰਦੀ ਹੈ ਤੇਰੇ ਨਹੀਂ ਨਿਆਣੇ ਹੋਣੇ ਕੱਲ੍ਹ ਨੂੰ। ਅਤੇ ਸਾਡੇ ਘਰੇ ਜਦੋਂ ਕੋਈ ਨਿਆਣਾ ਹੁੰਦਾ ਨਾ, ਮੰਮੀ ਤਾਈ ਚਾਚੀ ਐਂ ਗੱਲਾਂ ਕਰਦੀਆਂ, ਸ਼ੁਕਰ ਆ ਹੁਣ ਕੋਈ ਕੱਪੜੇ ਹੰਢਾਉਣ ਵਾਲਾ ਤਾਂ ਆਇਆ। ਮੈਂ ਐਡਾ ਕੁ ਮਿਡਲ ਕਲਾਸ ਹਾਂ ਕਿ ਸਾਡੇ ਘਰ 'ਚ ਦੁੱਧ ਹੀ ਦੁੱਧ ਪਾਉਣ ਵੀ ਆਉਂਦਾ ਨਾ, ਅਤੇ ਉਹ ਸਾਨੂੰ ਬਾਹਰੋਂ ਆਵਾਜ਼ ਮਾਰ ਕੇ ਜਾਂਦਾ, ਉਹ ਭਾਈ ਉਹ ਵਿੱਚ ਪਾਣੀ ਪਾ ਲਿਓ, ਤੁਹਾਨੂੰ ਹਜ਼ਮ ਨਹੀਂ ਆਉਣਾ। ਲੋਕਾਂ ਦੀ ਚਾਹ 'ਤੇ ਮਲਾਈ ਆਉਂਦੀ ਭਾਅ ਜੀ, ਮਲਾਈ ਐਂ ਖਰਾ ਦੁੱਧ, ਸਾਡੀ ਚਾਹ 'ਚ ਪਾਣੀ ਦੇ ਬੁਲਬਲੇ ਆਉਂਦੇ ਨੇ। ਲੋਕਾਂ ਦੇ ਘਰੇ ਸਾਡੀ ਚਾਹ ਨੂੰ ਸਾਡੇ 'ਤੇ ਤਰਸ ਆਉਂਦਾ ਕਿ ਬਿਨਾਂ ਦੁੱਧ ਦੇ ਪੀ ਜਾਂਦੇ ਹੋ ਕੁੱਤੇ ਹੋ। ਹੋ ਸਕਦਾ, ਮੈਂ ਤੁਹਾਨੂੰ ਡਿਨਾਈ ਨਹੀਂ ਕਰਾਂਗਾ, ਹਰੇਕ ਦੇ ਘਰ ਦੀ ਆਪਣੀ ਕਹਾਣੀ ਹੈ। ਅਤੇ ਲੋਕਾਂ ਦੇ ਘਰੇ ਭਾਅ ਜੀ ਰਿੱਝ ਰਿੱਝ ਕੇ ਚਾਹ ਬਣਦੀ ਹੈ, ਸਾਡੇ ਘਰੇ ਉਬਾਲਾ ਆਉਣ ਤੋਂ ਪਹਿਲਾਂ ਹੀ ਬੰਦ ਕਰ ਦਿੰਦੇ ਆ। ਮੈਂ ਕਹਿੰਦਾ ਡੈਡੀ ਨੂੰ ਪੁੱਛਿਆ, ਮੈਂ ਕਿਹਾ ਕੀ ਗੱਲ ਉਬਾਲਾ ਤਾਂ ਆਉਣ ਦਿਓ, ਕਹਿੰਦੇ ਕੀ ਗੱਲ ਬਾਅਦ 'ਚ ਵੀ ਤਾਂ ਠੰਡੀ ਕਰਕੇ ਪੀਣੀ ਹੈ, ਐਡੀ ਗਰਮੀ ਪਈ ਜਾਂਦੀ ਪਹਿਲਾਂ ਹੀ ਬੰਦ ਕਰ ਦੇ। ਸਾਡੇ ਘਰ 'ਚ ਭਾਅ ਜੀ ਕੋਈ ਗੈਸਟ ਆਉਂਦਾ ਨਾ, ਆਪਣੇ ਸਮੋਸੇ ਆਪ ਨਾਲ ਲੈ ਕੇ ਆਉਂਦਾ, ਕਿਉਂਕਿ ਗੈਸਟ ਨੂੰ ਵੀ ਪਤਾ ਜੇ ਇਹਨਾਂ ਘਰ ਜਾ ਕੇ ਸਮੋਸੇ ਖਾਧੇ ਨਾ, ਅਤੇ ਇਹਨਾਂ ਨੇ ਇਕੱਲੇ ਸਮੋਸਿਆਂ ਦੀ ਪਾਪੜੀ ਖਵਾਉਣੀ ਹੈ, ਆਲੂ ਤਾਂ ਇਹਨਾਂ ਨੇ ਪਰੌਂਠਿਆਂ ਵਾਸਤੇ ਰੱਖ ਲੈਣੇ ਨਾਸ਼ਤੇ ਦੇ। ਅਤੇ ਭਾਅ ਜੀ ਇਹ ਸੀ ਮੇਰੀ ਮਿਡਲ ਕਲਾਸ ਫੈਮਿਲੀ ਦੀ ਕਹਾਣੀ, ਅਤੇ ਇਸ ਮਿਡਲ ਕਲਾਸ ਫੈਮਿਲੀ ਨੂੰ ਲੀਡ ਕਰਦੇ ਨੇ ਮੇਰੇ ਫਾਦਰ ਸਾਹਿਬ। ਵੈਸੇ ਸਾਹਿਬ ਕਹਿਣ ਵਾਲੀ ਕੋਈ ਗੱਲ ਹੈ ਨਹੀਂ, ਪਰ ਫਿਰ ਵੀ ਮੇਰੇ ਡੈਡੀ ਨੇ ਨਾ ਥੋੜ੍ਹਾ ਜਿਹਾ ਕਹਿ ਕੇ ਭੇਜਿਆ ਸੀ ਵੀ ਸੁਣ, ਜੇ ਮੇਰੀ ਬੇਇੱਜ਼ਤੀ ਵੀ ਕਰਨੀ ਹੈ ਜਾਂ ਮਿੱਟੀ ਪਲੀਤ ਕਰਨੀ ਹੈ ਤਾਂ ਰਿਸਪੈਕਟ ਨਾਲ। ਅਤੇ ਮੈਂ ਕਿਹਾ ਠੀਕ ਹੈ ਜੀ, ਰਿਸਪੈਕਟ ਨਾਲ ਕਰ ਦਾਂਗੇ। ਪਰ ਮੈਂ ਪੁੱਛਿਆ, ਮੈਂ ਕਿਹਾ ਡੈਡੀ ਤੁਹਾਨੂੰ ਕਿੱਦਾਂ ਪਤਾ ਕਿ ਮੈਂ ਤੁਹਾਡੀ ਬੇਇੱਜ਼ਤੀ ਕਰੂੰਗਾ ਜਾ ਕੇ? ਕਹਿੰਦੇ ਬਸ ਮੈਨੂੰ ਵਹਿਮ ਹੈ। ਮੈਂ ਕਿਹਾ ਡੈਡੀ ਜੀ ਵਹਿਮ ਨਹੀਂ ਕਰੀਦਾ, ਕਦੇ ਕਦੇ ਨਾ ਵਹਿਮ ਨੂੰ ਹਕੀਕਤ 'ਚ ਬਦਲਦਿਆਂ ਦੇਰ ਨਹੀਂ ਲੱਗਦੀ। ਦੇਖ ਲਓ ਰੱਬ ਦੇ ਰੰਗ ਆ ਗਿਆ। ਮੈਂ ਡੈਡੀ ਦੀ ਕਹਾਣੀ ਸੁਣਾ, ਥੋੜ੍ਹੇ ਦਿਨ ਪਹਿਲਾਂ ਨਾ ਡੈਡੀ ਮੇਰੇ ਚੱਲੇ ਵੈਕਸੀਨ ਲਵਾਉਣ, ਅਤੇ ਉੱਥੇ ਜਾ ਕੇ ਨਾ ਨਰਸ ਨੂੰ ਕਹਿੰਦੇ ਆ ਇਹਨੂੰ ਨਾ ਸੈਨੀਟਾਈਜ਼ ਕਰੋ। ਮੈਂ ਕਿਹਾ ਡੈਡੀ ਥੋੜ੍ਹਾ ਜਿਹਾ ਨਾ ਸਿਆਣੀਆਂ ਗੱਲਾਂ ਕਰਿਆ ਕਰੋ, ਠੀਕ ਹੈ? ਕਹਿੰਦੇ ਅੱਛਾ ਮੈਨੂੰ ਦੱਸ ਤੂੰ ਆਪਣੇ ਕਰੀਅਰ 'ਚ ਕੀ ਕਰਦਾ। ਮੈਂ ਕਿਹਾ ਡੈਡੀ ਮੈਂ ਮਿਮਿਕਰੀ ਕਰਦਾ। ਕਹਿੰਦੇ ਮਿਮਿਕਰੀ ਕੀ ਹੁੰਦੀ ਹੈ? ਮੈਂ ਕਿਹਾ ਡੈਡੀ ਮੈਂ ਨਾ ਸੈਲੀਬ੍ਰਿਟੀਜ਼ ਨੂੰ ਕਾਪੀ ਕਰਦਾ, ਮੈਂ ਉਹਨਾਂ ਦੀ ਆਵਾਜ਼ ਕੱਢਦਾ, ਉਹਨਾਂ ਨੂੰ ਕਾਪੀ ਕਰਕੇ ਨਾ ਉਹਨਾਂ ਦੀਆਂ ਆਵਾਜ਼ਾਂ ਮੂਜ਼ਾਂ ਕੱਢਦਾ। ਕਹਿੰਦੇ ਵਾਹ, ਇਹ ਤਾਂ ਬੜੀ ਨਵੀਂ ਚੀਜ਼ ਹੈ, ਇਹ ਤਾਂ ਸਾਡੇ ਘਰ 'ਚ ਕਿਸੇ ਨੇ ਕੋਈ ਕੀਤੀ ਨਹੀਂ। ਹੁਣ ਬਾਏ ਚਾਂਸ ਜਿਸ ਦਿਨ ਮਿਮਿਕਰੀ ਵਾਲੀ ਗੱਲ ਹੋਈ ਹੈ ਨਾ, ਤਾਂ ਸਾਡੇ ਘਰ ਆ ਗਏ ਗੈਸਟ, ਅਤੇ ਮੇਰੇ ਡੈਡੀ ਨਾ ਮੈਨੂੰ ਐਂ ਦੂਰੋਂ ਇਸ਼ਾਰਾ ਕਰ ਰਹੇ, ਜਿਵੇਂ ਆਪਾਂ ਘਰ 'ਚ ਨਿਆਣੇ ਨੂੰ ਨਹੀਂ ਇਸ਼ਾਰਾ ਕਰਦੇ, ਉਹ ਬੇਟਾ ਅੰਕਲ ਆਏ ਹੈ ਡਾਂਸ ਕਰਕੇ ਦਿਖਾਓ। ਮੇਰੇ ਡੈਡੀ ਨੇ ਮੈਨੂੰ ਇਸ਼ਾਰਾ ਕੀਤਾ, ਮੈਂ ਨਾ ਐਂ ਇਗਨੋਰ ਕੀਤਾ। ਮੈਂ ਕਹਿੰਦੇ ਕਰ, ਉਹ ਇੰਨੀ ਦੇਰ ਨੂੰ ਨਾ ਗੈਸਟ ਦੀ ਨਜ਼ਰ ਚੱਲ ਗਈ। ਕਹਿੰਦੇ ਹਾਂਜੀ ਕੀ ਕਹਿ ਰਹੇ ਹੋ? ਮੇਰੇ ਡੈਡੀ ਨਾ ਮਿਮਿਕਰੀ ਵਰਡ ਭੁੱਲ ਗਏ, ਕਹਿੰਦੇ ਜੀ ਲੋਕਾਂ ਦੀਆਂ ਆਵਾਜ਼ਾਂ ਕੱਢਦਾ। ਮੈਂ ਕਿਹਾ ਡੈਡੀ ਕੀ ਮਤਲਬ, ਤੁਸੀਂ ਕਿੰਨਾ ਸਮੇਂ ਕੀ ਆਵਾਜ਼ਾਂ ਵੂਜ਼ਾਂ ਕੱਢਣ ਦੀ ਗੱਲਾਂ ਕਰੀ ਜਾਂਦੇ?
ਕਹਿੰਦੇ ਲੋ ਜੀ ਅੱਜ ਤੁਸੀਂ ਇੱਥੇ ਹੀ ਰੁਕਣਾ, ਇਹਨੇ ਅੱਜ ਦੇ ਅੱਜ ਤੁਹਾਨੂੰ ਓਬਜ਼ਰਵ ਕਰ ਲੈਣਾ, ਦੇਖਿਓ ਕੱਲ੍ਹ ਤੁਹਾਡੇ ਦੋਨਾਂ ਦੀਆਂ ਆਵਾਜ਼ਾਂ ਕੱਢ ਕੇ ਦਿਖਾਉਂਦਾ। ਭਾਅ ਜੀ ਯਕੀਨ ਮੰਨਿਓ, ਇੰਨੀ ਜਲਦੀ ਬਟੂਏ 'ਚੋਂ ਪੈਸੇ ਨਹੀਂ ਮੁੱਕਦੇ ਜਿੰਨੇ ਘਰੇ ਸਾਡੇ ਘਰੋਂ ਗੈਸਟ ਭੱਜ ਜਾਂਦੇ। ਇਹ ਨਹੀਂ, ਇੱਥੇ ਤੱਕ ਨਹੀਂ ਸੀਮਿਤ ਸੀ ਇਹ ਗੱਲ। ਉਸ ਤੋਂ ਬਾਅਦ ਰਿਸ਼ਤਾ ਆਇਆ ਮੇਰੇ ਵਾਸਤੇ, ਬੰਦੇ ਕਹਿੰਦੇ ਬੇਟਾ ਕੀ ਕਰਦਾ ਜੀ, ਡੈਡੀ ਮੇਰੇ ਕੌਮੇਡੀ ਵਰਡ ਭੁੱਲ ਗਏ, ਕਹਿੰਦੇ ਚੁਟਕਲੇ ਸੁਣਾਉਂਦਾ ਜੀ, ਕਹਿੰਦੇ ਜੋਬ ਜੂਬ, ਕਹਿੰਦੇ ਜੋਬ ਦਾ ਤਾਂ ਪਤਾ ਨਹੀਂ ਪਰ ਮਖੌਲ ਜਿਹਾ ਕਰਦਾ ਰਹਿੰਦਾ। ਭਾਅ ਜੀ ਯਕੀਨ ਮੰਨਿਓ, ਇਸ ਉਮਰ 'ਚ ਮੇਰੇ ਵਾਸਤੇ ਬਾਇਓਡਾਟਾ ਲੈਣ ਆਏ ਸੀ ਰਿਸ਼ਤੇ ਦਾ, ਅਤੇ ਮੇਰੇ ਸੀ ਵੀ ਲੈ ਕੇ ਗਏ ਜੋਬ ਵਾਸਤੇ, ਕਹਿੰਦੇ ਅਸੀਂ ਲਵਾ ਦਾਂਗੇ। ਕਿ ਨੌਕਰੀ ਲਵਾਓ ਇਹਨੂੰ, ਭਾਅ ਜੀ ਜ਼ਰੂਰੀ ਹੈ, ਇਹਦੇ ਨਾਲ ਘਰ ਨੂੰ ਸਹੀ ਗੱਲ, ਘਰ ਇੱਕ ਤਾਂ ਰਿਸ਼ਤੇ ਜਿਹੜੀ ਆ, ਤੁਸੀਂ ਪਿਛਲੀ ਗੱਲ ਕੀਤੀ ਨਾ ਕਿ ਘਰੇ ਗੈਸਟ ਆਉਂਦੇ ਆ, ਹਾਂਜੀ ਹਾਂਜੀ, ਅਤੇ ਉਹਨਾਂ ਨੂੰ ਜਿੱਦਾਂ ਕਿ ਜਾਣ ਨਾ ਮੇਰੇ ਹੁੰਦਾ ਸੀ ਵੀ ਹੁਣ ਆਏ ਆ, ਅਤੇ ਇਹਨਾਂ ਨੂੰ ਰਾਤ ਤੱਕ ਰੋਕ ਲਈਏ ਕਿਸੇ ਤਰ੍ਹਾਂ, ਹਾਂ ਦੋ ਚਾਰ ਚੀਜ਼ਾਂ ਮਿਲ ਜਾਂਦੀਆਂ ਨਵੀਆਂ ਚੀਜ਼ਾਂ, ਮੈਂ ਇੱਕ ਵਾਰੀ ਉਹਨਾਂ ਦੀ ਗੱਡੀ ਪੈਂਚਰ ਕਰਤੀ, ਬਿਲਕੁਲ ਬਿਲਕੁਲ, ਪਾਪਾ ਨੂੰ ਕਿਤੇ ਪਤਾ ਲੱਗ ਗਿਆ, ਫਿਰ ਮੈਂ ਮੂੰਹ ਨਾ ਵਾਹ ਭਰੀ।